ਰਾਜਾ ਕਿੱਥੋਂ ਹਾਰਿਆ? ਬਠਿੰਡਾ ਸ਼ਹਿਰੀ ਤੋਂ, ਜਿੱਥੇ ਦੀ ਨੁਮਾਇੰਦਗੀ ਕਰ ਰਹੇ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ। ਸੋ ਰਿਸ਼ਤੇਦਾਰੀਆਂ ਮੁਲਾਜ਼ੇਦਾਰੀਆਂ ਤਾਂ ਉੱਥੇ ਨਿਭਾਈਆਂ ਜਾਂਦੀਆਂ ਅਤੇ ਮੁਲਾਜ਼ੇਦਾਰੀਆਂ ਇਸ ਵਾਰੀ ਵੀ ਨਿਭਣਗੀਆਂ। ਤਾਂ ਉਹਨਾਂ ਨੇ ਸ਼ਰੇਆਮ ਆਪਣੀ ਸਟੇਜ 'ਤੇ ਕਿਹਾ ਸੀ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਕਿਰਪਾ ਕਰਕੇ ਲੋਕਾਂ ਨੂੰ ਦੱਸ ਕੇ ਜਾਇਓ ਮੈਂ ਤੁਹਾਡਾ ਕੈਂਡੀਡੇਟ ਹੈ, ਮਨਪ੍ਰੀਤ ਸਿੰਘ ਬਾਦਲ ਨਹੀਂ ਹੈ। ਅਕਾਲੀ ਦਲ ਕੋਲ ਇੱਕ ਇੱਕ ਚੇਅਰਮੈਨ ਨਹੀਂ ਸੀ, ਅਨੁਸ਼ਾਸਨੀ ਕਮੇਟੀ ਦੀ ਉਹੀ ਮਲੂਕਾ ਸਾਹਿਬ ਦੇ ਹਵਾਲੇ ਕਰਤੀ, ਅਨੁਸ਼ਾਸਨ ਘਰਦਿਆਂ ਨੇ ਖਰਾਬ ਕਰਤਿਆ ਅਤੇ ਹੁਣ ਮਲੂਕਾ ਸਾਹਿਬ ਦੀ ਜਾਨ ਕੜਿੱਕੀ 'ਚ ਆਈ ਵੀ ਆ। ਉਹ ਕਿਹਦੀ ਸਪੋਰਟ ਕਰਨ, ਪਾਰਟੀ ਦੀ ਕਰਨ ਜਾਂ ਨੂੰਹ ਦੀ ਕਰਨ? ਉੱਥੇ ਵੀ ਨਿਭਣੀ ਆ ਰਿਸ਼ਤੇਦਾਰੀ। ਅਜੀਤ ਸਿੰਘ, ਅਜੀਤ ਇੰਦਰ ਸਿੰਘ ਮੋਫਰ ਨੇ ਜਿਹੜੇ, ਇਹਨਾਂ ਦਾ ਬੇਟਾ ਬਿਕਰਮ, ਬਿਕਰਮ ਸਿੰਘ ਮੋਫਰ ਮੇਰਾ ਖਿਆਲ ਆ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਨੇ ਉੱਥੇ ਤੋਂ, ਉਹ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਸਕੇ ਜੀਜਾ ਜੀ ਨੇ, ਉਹ ਕਾਂਗਰਸ ਦੇ ਵਿੱਚ ਨੇ, ਉਹਨਾਂ ਵਾਸਤੇ ਵੀ ਧਰਮ ਸੰਕਟ ਹੈ। ਇੱਕ ਪਾਸੇ ਸਕੇ ਚਾਚੇ ਦਾ ਪੁੱਤ ਖੜ੍ਹਾ ਅਤੇ ਦੂਜੇ ਪਾਸੇ ਪਾਰਟੀ ਪ੍ਰਧਾਨ ਖੜ੍ਹਾ। ਰਿਸ਼ਤੇਦਾਰੀਆਂ ਕਿਤੇ ਰਾਜੇ ਵੜਿੰਗ ਨੂੰ ਲੈ ਨਾ ਬੈਠਣ, ਇਹ ਵੀ ਬੜਾ ਡਰ ਬਣਿਆ ਹੋਇਆ। ਬਿਲਕੁਲ, ਬਠਿੰਡਾ ਅਤੇ ਲੁਧਿਆਣਾ ਆਪਸ ਦੇ ਵਿੱਚ ਮੇਲ 'ਚ ਆ ਗਏ ਨਾ ਤਾਂ ਰਾਜਾ ਵੜਿੰਗ ਦਾ ਨੁਕਸਾਨ ਹੋਊਗਾ। ਲੋਕ ਕਹਿੰਦੇ ਵੀ ਰਾਜਾ ਅਤੇ ਬਿੱਟੂ ਲੜਦੇ ਹੀ ਰਹਿ ਜਾਣਗੇ, ਕੁਰਸੀ ਬਰਾੜ ਲੈ ਜਾਊ। ਦੇਖੋ, ਕਦੇ ਭਾਂਡੇ ਵਾਲੀ ਰਸੂਗੀ ਜਾਂ ਟਾਂਡੇ ਵਾਲੀ ਰਸੂਗੀ ਬਸਣਾ ਤਾਂ ਇੱਕ ਨਹੀਂ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਅਤੇ ਮੈਂ ਹਾਂ ਕਰਨ। ਸਾਡਾ ਖਾਸ ਪ੍ਰੋਗਰਾਮ ਕੋਰੀਆਂ ਕਰਾਰੀਆਂ ਲੈ ਕੇ ਹਾਜ਼ਰ ਹਾਂ। ਅੱਜ ਵੀ ਕੋਰੀਆਂ ਕਰਾਰੀਆਂ ਹੋਣਗੀਆਂ ਕਿਉਂਕਿ ਰਿਸ਼ਤੇਦਾਰੀਆਂ ਭਾਰੀਆਂ ਪੈ ਸਕਦੀਆਂ ਨੇ। ਲੁਧਿਆਣਾ, ਬਠਿੰਡਾ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਫਾਈਟ ਚੱਲ ਰਹੀ, ਰਿਸ਼ਤੇਦਾਰ ਰਿਸ਼ਤੇਦਾਰੀ ਵੱਲ ਨੂੰ ਜਾਏਗਾ ਕਿ ਪਾਰਟੀ ਉਹਨਾਂ 'ਤੇ ਭਾਰੀ ਪਏਗੀ, ਬੜਾ ਧਰਮ ਸੰਕਟ, ਬਹੁਤ ਕੁਛ ਸਮਝਾਂਗੇ। ਸਾਡੇ ਨਾਲ ਬਾਈ ਹਰਵਿੰਦਰ ਸਿੰਘ ਨੇ ਮੁਕਾਰੋਂਪੁਰ ਵਾਲੇ। ਵੀਰੇ ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਕਰਨ ਜੀ, ਬਹੁਤ ਵਧੀਆ, ਤੁਸੀਂ ਸੁਣੋ? ਆਪਾਂ ਵੀ ਚੜ੍ਹਦੀ ਕਲਾ 'ਚ। ਮਜੀਠੀਆ ਸਾਹਿਬ ਦੀ ਸੱਜੀ ਬਾਂਹ ਤਲਵੀਰ ਸਿੰਘ ਗਿੱਲ ਪੱਟ ਕੇ ਲੈ ਗਏ ਆਮ ਆਦਮੀ ਪਾਰਟੀ ਵਾਲੇ, ਫੋਟੋ ਵੀ ਆ ਗਈ ਭਗਵੰਤ ਮਾਨ ਅਤੇ ਗਿੱਲ ਸਾਹਿਬ ਦੇ। ਕਹਿੰਦੇ ਮਜੀਠੀਆ ਸਾਹਿਬ ਪੂਰੀ ਰਾਤ ਬੜੀ ਬੜੀ ਉਹ ਚਿੰਤਾ 'ਚ ਸੀਗੇ, ਡਰ, ਚਿੰਤਾ ਕਹਿ ਦਈਏ ਜਾਂ ਕਹਿ ਲਈਏ ਵੀ ਦੁੱਖ 'ਚ ਸੀ ਵੀ ਮੇਰਾ ਭਰਾ ਉੱਧਰ ਜਾ ਵੜਿਆ। ਦੇਖੋ ਗੱਲ ਆ ਵੀ ਜਿਸ ਤੱਕ ਬਿਕਰਮ ਸਿੰਘ ਮਜੀਠੀਆ 2007 ਦੇ ਵਿੱਚ ਪਹਿਲੀ ਇਲੈਕਸ਼ਨ ਲੜਦੇ ਨੇ, 2007 ਤੋਂ ਪਹਿਲਾਂ ਦਾ ਅਗਰ ਹਾਲ ਦੇਖੀਏ ਮਜੀਠਾ ਹਲਕੇ ਦਾ ਤਾਂ ਉੱਥੇ ਲੀਡ ਲਗਭਗ 2000 ਤੋਂ ਲੈ ਕੇ 5-7 ਹਜ਼ਾਰ ਦੇ ਦਰਮਿਆਨ ਰਹਿੰਦੀ ਹੈ, ਭਾਵੇਂ ਕਾਂਗਰਸ ਜਿੱਤੇ ਭਾਵੇਂ ਅਕਾਲੀ ਦਲ ਜਿੱਤੇ। ਪਰ 2007 ਦੇ ਵਿੱਚ ਜਦੋਂ ਆਉਂਦੇ ਨੇ ਤਾਂ ਉਸ ਸਮੇਂ ਇਹਨਾਂ ਵਾਸਤੇ ਜ਼ਮੀਨ ਤਿਆਰ ਕਰਦੇ ਨੇ ਸਰਦਾਰ ਤਲਵੀਰ ਸਿੰਘ ਗਿੱਲ ਮਜੀਠੇ ਹਲਕੇ ਦੇ ਵਿੱਚ। ਬਹੁਤ ਜਾ ਕੇ ਮੁੰਡੇ ਨੇ ਕੰਮ ਕੀਤਾ, ਇਸ ਕਮਾਲ ਦਾ ਕੰਮ ਕੀਤਾ ਅਤੇ ਪਹਿਲੀ ਵਾਰੀ 23-24 ਹਜ਼ਾਰ ਦੀ ਲੀਡ ਦੇ ਨਾਲ ਮਜੀਠੀਆ ਸਭ ਜਿੱਤੇ ਅਤੇ ਉਹੀ ਲੀਡ ਅੱਜ ਤੱਕ ਬਰਕਰਾਰ ਹੈ, ਮੁੜ ਕੇ ਲੀਡ ਨਹੀਂ ਉਹ ਟੁੱਟੀ, ਕਦੇ 2000 ਵੱਧ ਗਈ ਕਦੇ 2000 ਘੱਟ ਗਈ। ਸੋ ਤਲਵੀਰ ਗਿੱਲ ਦਾ ਜਾਣਾ ਅਕਾਲੀ ਦਲ ਵਾਸਤੇ ਕਾਫੀ ਵੱਡੇ ਘਾਟੇ ਵਾਲੀ ਗੱਲ ਹੈ। ਤਲਵੀਰ ਸਿੰਘ ਗਿੱਲ ਇਸ ਵਾਰੀ ਦੱਖਣੀ ਤੋਂ ਲੜੇ ਸੀ ਅੰਮ੍ਰਿਤਸਰ, ਜਿੱਥੇ ਡਾਕਟਰ ਇੰਦਰਵੀਰ ਸਿੰਘ ਨਿੱਜਰ ਹੋਰੀ ਚੁਣੇ ਗਏ ਤੇ ਇੰਨੀ ਹਨੇਰੀ ਦੇ ਬਾਵਜੂਦ ਤਲਵੀਰ ਸਿੰਘ ਦੂਜੇ ਨੰਬਰ ਪਰ ਰਹੇ ਤੇ, ਜਦਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਤੀਜੇ ਨੰਬਰ 'ਤੇ ਸੀ, ਈਵਨ ਕਿ ਦੋਵੇਂ ਹਲਕੇ ਬਿਲਕੁਲ ਨਾਲ ਲੱਗਦੇ।
ਸੋ ਤਲਵੀਰ ਸਿੰਘ ਗਿੱਲ ਦਾ ਇੱਕ ਘਾਟਾ ਤਾਂ ਹੈਗਾ। ਜਿੱਥੇ ਤੱਕ ਤਲਵੀਰ ਸਿੰਘ ਗਿੱਲ ਦੇ ਜਾਣ ਦਾ ਕਾਰਨ ਹੈ, ਉਹਦੇ ਦੋ ਤਿੰਨ ਕਾਰਨ ਨੇ। ਇੱਕ ਤਾਂ ਡਾਕਟਰ ਏ ਪੀ ਸਿੰਘ ਨੇ, ਜਿਹੜਾ ਹੋਸਪਿਟਲ ਹੈ ਨਾ ਸ਼੍ਰੋਮਣੀ ਕਮੇਟੀ ਦੇ ਅੰਡਰ ਚੱਲਦਾ, ਉਹਦੇ ਐੱਮ ਐੱਸ, ਅਤੇ ਉਹਨਾਂ ਨਾਲ ਉਹਨਾਂ ਦੇ ਕਾਫੀ ਸਮੇਂ ਤੋਂ ਮਤਭੇਦ ਚੱਲ ਰਹੇ ਸਨ ਪਬਲਿਕਲੀ। ਉਹ ਚਾਹੁੰਦੇ ਸੀ ਕਿ ਡਾਕਟਰ ਏ ਪੀ ਸਿੰਘ ਹੋਰਾਂ ਨੂੰ ਉਹਦੇ ਤੋਂ ਲਾਂਭੇ ਕੀਤਾ ਜਾਵੇ। ਡਾਕਟਰ ਏ ਪੀ ਸਿੰਘ ਉਹਨਾਂ ਦੇ ਅਨੁਸਾਰ ਸ਼ਹਿਰ ਦੇ ਲੋਕਾਂ ਦਾ ਉਸ ਤਰ੍ਹਾਂ ਇਲਾਜ ਜਾਂ ਸੇਵਾਵਾਂ ਨਹੀਂ ਦੇ ਰਹੇ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਇੰਸਟੀਚਿਊਟ ਨੂੰ ਦੇਣੀਆਂ ਚਾਹੀਦੀਆਂ। ਉਸ ਤੋਂ ਬਾਅਦ ਪਿੱਛੇ ਜੇ ਵੀ ਸਰਦਾਰ ਤਲਵੀਰ ਸਿੰਘ ਗਿੱਲ ਨਾਰਾਜ਼ ਹੋ ਗਏ ਸੀ, ਉਸ ਸਮੇਂ ਉਹ ਭਾਜਪਾ 'ਚ ਜਾਣ ਲੱਗੇ ਤੇ। ਜਦੋਂ ਭਾਜਪਾ 'ਚ ਜਾਣ ਲੱਗੇ ਤੇ ਨਾ, ਫਿਰ ਅਕਾਲੀ ਦਲ ਨੇ ਮੈਨੇਜ ਕਰ ਲਿਆ, ਉਹ ਰੁਕ ਗਏ। ਅਤੇ ਸਰਦਾਰ ਸੁਖਵੀਰ ਸਿੰਘ ਹੋਰਾਂ ਨਾਲ ਅੱਜ ਵੀ ਉਹਨਾਂ ਦਾ ਕੋਈ ਅਲਾਂਭਾ ਨਹੀਂ। ਜਿੰਨੇ ਭੱਜੇ ਨੇ ਮਾਝੇ 'ਚੋਂ, ਉਹ ਸਾਰੇ ਸਰਦਾਰ ਬਿਕਰਮ ਸਿੰਘ ਮਜੀਠੀਏ ਦੀ ਕਾਰਗੁਜ਼ਾਰੀ ਕਰਕੇ ਭੱਜੇ ਨੇ। ਉਹਨਾਂ ਨੇ ਨਾਮ ਬਿਕਰਮ ਸਿੰਘ ਮਜੀਠੀਏ ਦਾ ਲਿਆ, ਭੱਜਣ ਦੇ ਕਾਰਨ ਕੀ ਹੈ ਉਹ ਰੱਬ ਜਾਣਦਾ। ਬਿਕਰਮ ਸਿੰਘ ਮਜੀਠੀਆ ਨੇ ਜਿਹੜੇ ਮਾਝੇ ਦੇ ਵਿੱਚ ਸਭ ਤੋਂ ਸਟਰੋਂਗ ਨੇਤਾ ਦੇ ਤੌਰ 'ਤੇ ਮੰਨੇ ਜਾਂਦੇ ਨੇ। ਇਸੇ ਤਰ੍ਹਾਂ ਹੀ ਗੁਰਪ੍ਰਤਾਪ ਸਿੰਘ ਟਿੱਕਾ ਭੱਜੇ, ਉਹ ਭਾਜਪਾ 'ਚ ਚਲੇ ਗਏ। ਤਲਵੀਰ ਸਿੰਘ ਗਿੱਲ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਚ। ਅਤੇ ਇਸੇ ਤਰ੍ਹਾਂ ਹੀ ਇੱਕ ਯੂਥ ਦਾ ਬਹੁਤ ਮੁੰਡਾ ਆਈਕੋਨ ਸੀ, ਜਿਸ ਨੇ ਐੱਸ ਓ ਆਈ ਤੋਂ ਲੈ ਕੇ ਯੂਥ ਅਕਾਲੀ ਦਲ, ਯੂਥ ਅਕਾਲੀ ਦਲ ਤੋਂ ਵੱਡੇ ਅਕਾਲੀ ਦਲ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ, ਪਰਮਿੰਦਰ ਸਿੰਘ ਬਰਾੜ। ਪਰਮਿੰਦਰ ਸਿੰਘ ਬਰਾੜ ਨੇ ਬਹੁਤ ਜ਼ਿਆਦਾ ਸੇਵਾ ਕੀਤੀ, ਅਕਾਲੀ ਦਲ 'ਚ ਬਹੁਤ ਜ਼ਿਆਦਾ ਕੰਮ ਕੀਤਾ। ਲੇਕਿਨ ਉਹ ਵੀ ਜਦੋਂ ਭੱਜਿਆ, ਉਹ ਵੀ ਕਾਰਨ ਬਿਕਰਮ ਸਿੰਘ ਮਜੀਠੀਆ ਨੂੰ ਕਹਿ ਕੇ ਗਿਆ। ਅਤੇ ਅੱਜ ਵੀ ਉਹ ਸੁਖਵੀਰ ਸਿੰਘ ਬਾਦਲ ਹੋਰਾਂ ਦੀਆਂ ਸਿਫਤਾਂ ਕਰਦਾ ਅਤੇ ਬਿਕਰਮ ਸਿੰਘ ਮਜੀਠੀਏ ਹੋਰਾਂ ਨੂੰ ਮਾੜਾ ਬੋਲਦਾ। ਸੋ ਇਹ ਹੈ ਤਾਂ ਰੁਝਾਨ ਮਾੜਾ। ਸੋ ਬਿਕਰਮ ਸਿੰਘ ਮਜੀਠੀਏ ਦੀ ਕਾਰਜ ਸ਼ੈਲੀ ਦੇ ਵਿੱਚ ਅਗਰ ਕੋਈ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਦਰੁਸਤ ਕਰਨੀ ਚਾਹੀਦੀ ਹੈ। ਇੱਦਾਂ ਸਾਥੀ ਜਿਹੜੇ ਮੁੱਢ ਕਦੀਮ ਤੋਂ ਜੁੜੇ ਹੋਏ ਹੋਣ ਭੱਜਣਗੇ ਤਾਂ ਅਕਾਲੀ ਦਲ ਵਾਸਤੇ ਇਹ ਕੋਈ ਸ਼ੁਭ ਸ਼ਗਨ ਨਹੀਂ। ਅਤੇ ਫਿਰ ਗਿੱਲ ਸਾਹਿਬ ਦੇ ਹੱਥ ਝਾੜੂ ਆਇਆ ਅੰਮ੍ਰਿਤਸਰ ਦੇ ਵਿੱਚ, ਜਿਹੜੇ ਮੰਤਰੀ ਧਾਲੀਵਾਲ ਲੜ ਰਹੇ ਨੇ, ਲੱਗਦਾ ਵੀ ਜਿਹੜੀ ਦਾਲ ਉਹ ਦੇਖਣ ਗਏ ਸੀ ਸਕੂਲ 'ਚ, ਉਹ ਦਾਲ ਨੂੰ ਤੜਕਾ ਲੱਗ ਜੂ। ਦੇਖੋ ਗੱਲ ਇਹ ਆ ਵੀ ਦਾਲ ਨੂੰ ਤੜਕਾ ਲੱਗਦਾ ਨਹੀਂ ਲੱਗਦਾ, ਇਹ ਲੋਕਾਂ ਦੇ ਹੱਥ 'ਚ ਹੈ, ਪਰ ਲੇਕਿਨ ਜ਼ਰੂਰ ਬਲ ਮਿਲਿਆ। ਗਿੱਲ ਸਾਹਿਬ ਟਮਾਟਰ ਲੈ ਕੇ ਪਹੁੰਚੂਗੇ, ਇਹ ਟਮਾਟਰ ਗਿੱਲ ਸਾਹਿਬ ਨੇ ਜ਼ਰੂਰ ਉਹਨਾਂ ਦੀ ਦਾਲ 'ਚ ਪਾਤੇ ਨੇ। ਹੁਣ ਜੀਰਾ ਪੈਂਦਾ ਨਹੀਂ ਪੈਂਦਾ ਕੀ ਹੁੰਦਾ ਇਹ ਤਾਂ ਹੁਣ ਉਹ ਲੋਕ ਇਹ ਦੱਸਣਗੇ। ਬੜਾ ਪੰਜਾਬ ਦਾ ਧਿਆਨ ਇਸ ਵੇਲੇ ਬਠਿੰਡਾ, ਲੁਧਿਆਣਾ ਜੀ ਕੈਂਡੀਡੇਟ ਨੇ ਜੋ ਕੋਈ ਕਿਸੇ ਪਾਰਟੀ 'ਚ ਕੋਈ ਕਿਸੇ ਪਾਰਟੀ 'ਚ, ਸਭ ਤੋਂ ਵੱਡਾ ਧਰਮ ਸੰਕਟ ਹੈ ਰਿਸ਼ਤੇਦਾਰੀਆਂ ਜੀ। ਇਹ ਰਿਸ਼ਤੇਦਾਰੀਆਂ ਸਮਝਾਓ ਪਹਿਲਾਂ ਸਾਡੇ ਆਡੀਅੰਸ ਨੂੰ, ਕੌਣ ਕਿਹਦਾ ਰਿਸ਼ਤੇਦਾਰ। ਜਿੱਥੇ ਤੱਕ ਬਠਿੰਡਾ ਹਲਕਾ ਹੈ ਨਾ, ਅੱਜ ਬਠਿੰਡੇ ਹਲਕੇ ਦੇ ਵਿੱਚ ਚਾਰੇ ਅਕਾਲੀ ਲੜ ਰਹੇ ਨੇ। ਜੇ ਤੁਸੀਂ ਲੱਖੇ ਸਿਧਾਣੇ ਦੀ ਵੀ ਗੱਲ ਕਰਦੇ ਤਾਂ ਪੰਜਵਾਂ ਵੀ ਅਕਾਲੀ ਉਹ ਹੈ, ਇਹ ਆਮ ਲੋਕਾਂ ਨੂੰ ਨਹੀਂ ਪਤਾ। ਬੀਬੀ ਹਰਸਿਮਰਤ ਕੌਰ ਤਾਂ ਅਕਾਲੀ ਦਲ ਤੋਂ ਹੈ ਹੀ ਨੇ, ਸਰਦਾਰ ਜੀਤ ਮਹਿੰਦਰ ਸਿੰਘ ਅਕਾਲੀ ਦਲ ਨੂੰ ਹੁਣੀ ਅਲਵਿਦਾ ਕਹਿ ਕੇ ਗਏ ਨੇ, ਮਲੂਕਾ ਸਾਹਿਬ ਦਾ ਸਾਰਾ ਪਰਿਵਾਰ ਅਕਾਲੀ ਦਲ ਸੀ, ਉਹ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਗਏ ਨੇ। ਉਸ ਤੋਂ ਬਾਅਦ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਵੀ ਪਦੇਸ਼ੀ ਅਕਾਲੀ ਨੇ, ਉਹਨਾਂ ਦੇ ਪਿਤਾ ਜੀ ਮੰਡੀਕਰਨ ਬੋਰਡ ਦੇ ਚੇਅਰਮੈਨ ਰਹੇ। ਅਤੇ ਮੈਂ ਤੁਹਾਨੂੰ ਇੱਕ ਹੋਰ ਖਾਸ ਗੱਲ ਦੱਸਦਾ, ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਜੀ ਜਦੋਂ ਮੰਡੀਕਰਨ ਬੋਰਡ ਦੀ ਚੇਅਰਮੈਨੀ ਤੋਂ ਬਾਅਦ ਘਰ ਆਏ ਤਾਂ ਉਹਨਾਂ ਸਿਰ ਕਰਜ਼ਾ ਸੀ। ਆਮ ਤੌਰ 'ਤੇ ਜਿਹੜਾ ਮੰਡੀਕਰਨ ਬੋਰਡ ਦਾ ਇੱਕ ਵਾਰੀ ਚੇਅਰਮੈਨ ਬਣ ਜਾਵੇ ਨਾ, ਉਹ ਕਰੋੜਾਂਪਤੀ ਹੋ ਜਾਂਦਾ। ਸੋ ਇੱਕ ਇਮਾਨਦਾਰ ਪਾਰਟੀ ਹੈ, ਇੱਕ ਇਮਾਨਦਾਰ ਪਰਿਵਾਰ ਹੈ।
ਇਸੇ ਤਰੀਕੇ ਦੇ ਨਾਲ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਮਤਲਬ ਕਿ ਇਸ ਸਮੇਂ ਵੀ ਨੇ ਨਾ, ਉਹਨਾਂ ਦੀ ਇੱਕ ਅੱਛੀ ਛਵੀ ਆ ਉੱਥੇ। ਹੁਣ ਤੁਸੀਂ ਗੱਲ ਕਰ ਰਹੇ ਸੀ ਰਿਸ਼ਤੇਦਾਰੀਆਂ ਦੀ, ਬਠਿੰਡਾ ਇੱਕ ਇੱਦਾਂ ਦੀ ਸੀਟ ਹੈ, ਇੱਕ ਕਹਾਵਤ ਮੇਰੇ ਯਾਦ ਆ ਰਹੀ ਹੈ ਕਿ ਗੀਤ ਦੇ ਬੋਲ ਆ ਜਾਂ ਮੈਨੂੰ ਸਮਝ ਨਹੀਂ ਲੱਗਦਾ ਕਿੱਥੋਂ ਮੈਂ ਸੁਣੇ ਸੀ, ਅੱਧੀ ਤੇਰੀਆਂ ਮੁਲਾਜੇਦਾਰਾਂ ਅੱਧੀਆਂ ਗਰੀਬ ਜੱਟ ਦੀ। ਉੱਥੇ ਗਰੀਬ ਜੱਟਾਂ ਵਾਲੀ ਜਿਹੜੀ ਹੈਗੀ ਆ ਨਾ ਮੁਲਾਜੇਦਾਰਾਂ ਵਾਲੀ, ਮੁਲਾਜੇਦਾਰੀਆਂ ਬੜੀਆਂ ਨਿਭਾਈਆਂ ਜਾਂਦੀਆਂ। 2009 ਦੀ ਗੱਲ, 14 ਦੀ, 2014 ਦੇ ਵਿੱਚ ਜਦੋਂ ਪਾਰਲੀਮਾਨੀ ਚੋਣਾਂ ਆਈਆਂ ਤਾਂ ਦਿਓਰ ਭਰਜਾਈ ਦਾ ਮੁਕਾਬਲਾ ਹੋ ਗਿਆ। ਇੱਕ ਪਾਸੇ ਹਰਸਿਮਰਤ ਕੌਰ ਬਾਦਲ ਖੜ੍ਹ ਗਏ ਅਤੇ ਉਹਨਾਂ ਦੇ ਮੁਕਾਬਲੇ ਖੜ੍ਹ ਗਏ ਸਰਦਾਰ ਮਨਪ੍ਰੀਤ ਸਿੰਘ ਬਾਦਲ। ਅਤੇ ਮਨਪ੍ਰੀਤ ਸਿੰਘ ਬਾਦਲ ਜਿੱਥੇ ਤੋਂ ਜਾ ਕੇ ਹਾਰੇ ਉਹ ਸੀ ਸਰਦੂਲਗੜ੍ਹ, ਜਿਹੜਾ ਉਹ ਓਪਨਲੀ ਬੋਲਦੇ ਰਹੇ ਕਿ ਮੈਨੂੰ ਸਰਦਾਰ ਅਜੀਤ ਸਿੰਘ ਮੋਫਰ ਨੇ ਹਰਾਇਆ, ਠੀਕ ਹੈ ਨਾ। ਅਤੇ ਪਰ ਲੇਕਿਨ 2019 ਦੇ ਵਿੱਚ ਆ ਕੇ ਬਿਲਕੁਲ ਬਦਲ ਗਿਆ। 2019 ਦੇ ਵਿੱਚ ਫਿਰ ਪਰਿਵਾਰ ਇਕੱਠੇ ਹੋ ਗਏ, ਰਾਜਾ ਅਮਰਿੰਦਰ ਖੜ੍ਹ ਗਏ, ਇਹਨਾਂ ਦੇ ਮੁਕਾਬਲੇ ਫਿਰ ਹਰਸਿਮਰਤ ਬਾਦਲ 'ਤੇ। ਰਾਜਾ ਕਿੱਥੋਂ ਹਾਰਿਆ? ਬਠਿੰਡਾ ਸ਼ਹਿਰੀ ਤੋਂ, ਜਿੱਥੇ ਦੀ ਨੁਮਾਇੰਦਗੀ ਕਰ ਰਹੇ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ। ਸੋ ਰਿਸ਼ਤੇਦਾਰੀਆਂ ਮੁਲਾਜੇਦਾਰੀਆਂ ਤਾਂ ਉੱਥੇ ਨਿਭਾਈਆਂ ਜਾਂਦੀਆਂ ਅਤੇ ਮੁਲਾਜੇਦਾਰੀਆਂ ਇਸ ਵਾਰੀ ਵੀ ਨਿਭਣਗੀਆਂ। 2022 ਦੀ ਇਲੈਕਸ਼ਨ ਦੇ ਵਿੱਚ ਜਦੋਂ ਹੋਇਆ ਤਾਂ ਸਿੰਗਲਾ ਸਾਹਿਬ ਅਕਾਲੀ ਦਲ ਦੇ ਕੈਂਡੀਡੇਟ ਸੀ ਸਰੂਪ ਚੰਦ ਸਿੰਗਲਾ, ਤਾਂ ਉਹਨਾਂ ਨੇ ਸ਼ਰੇਆਮ ਆਪਣੀ ਸਟੇਜ 'ਤੇ ਕਿਹਾ ਸੀ, ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਕਿਰਪਾ ਕਰਕੇ ਲੋਕਾਂ ਨੂੰ ਦੱਸ ਕੇ ਜਾਇਓ ਮੈਂ ਤੁਹਾਡਾ ਕੈਂਡੀਡੇਟ ਹੈ, ਮਨਪ੍ਰੀਤ ਸਿੰਘ ਬਾਦਲ ਨਹੀਂ ਹੈਗਾ। ਲੋਕਾਂ ਦੇ ਵਿੱਚ ਇੱਕ ਭਰਮ ਹੈ। ਸੋ ਕਾਰਨ ਇਹੀ ਸੀ ਵੀ ਉੱਥੇ ਵੀ ਰਿਸ਼ਤੇਦਾਰੀ ਨਿਭਾਈ ਜਾ ਰਹਾ ਹੈ। ਅਤੇ ਹੁਣ ਜਿੱਥੇ ਤੱਕ ਹਰ ਗੱਲ ਹੈ, ਹੁਣ ਮੁਲਾਜ਼ੇਦਾਰੀਆਂ ਰਿਸ਼ਤੇਦਾਰੀਆਂ ਨਿਭਾਉਣੀਆਂ ਪੈਣੀਆਂ ਨੇ। ਹੁਣ ਜੇ ਦੇਖਿਆ ਜਾਵੇ ਮਲੂਕਾ ਸਭ ਧਰਮ ਸੰਕਟ 'ਚ ਨੇ, ਦੁਨੀਆ ਦਾ ਸਭ ਤੋਂ ਵੱਡਾ ਮੋਹ ਪੁੱਤਰ ਨਾਲ ਹੁੰਦਾ। ਇੱਕ ਪਾਸੇ ਪੁੱਤਰ ਅਤੇ ਨੂੰਹ ਖੜ੍ਹੇ ਨੇ ਅਤੇ ਉੱਧਰ ਇੱਕ ਪਾਸੇ ਪਾਰਟੀ ਹੈ। ਅਕਾਲੀ ਦਲ ਕੋਲ ਇੱਕ ਇੱਕ ਚੇਅਰਮੈਨ ਹੀ ਸੀ ਅਨੁਸ਼ਾਸਨੀ ਕਮੇਟੀ ਦੀ, ਉਹੀ ਮਲੂਕਾ ਸਾਹਿਬ ਦੇ ਹਵਾਲੇ ਕਰਤੀ, ਅਨੁਸ਼ਾਸਨ ਘਰਦਿਆਂ ਨੇ ਖਰਾਬ ਕਰਤਿਆ ਅਤੇ ਹੁਣ ਮਲੂਕਾ ਸਾਹਿਬ ਦੀ ਜਾਨ ਕੜਿੱਕੀ ਚਾਹੀਦੀ ਆ। ਉਹ ਕਿਹਦੀ ਸਪੋਰਟ ਕਰਨ? ਪਾਰਟੀ ਦੀ ਕਰਨ ਜਾਂ ਨੂੰਹ ਦੀ ਕਰਨ? ਉੱਥੇ ਵੀ ਨਿਭਣੀ ਹੈ ਰਿਸ਼ਤੇਦਾਰੀ। ਉਹ ਤੋਂ ਅਗਲੀ ਰਿਸ਼ਤੇਦਾਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਕੱਲ੍ਹ ਸਰੂਪ ਚੰਦ ਸਿੰਗਲਾ ਹੋਰਾਂ ਨੇ ਇੱਕ ਚਿੱਠੀ ਜਾਰੀ ਕਰਤੀ ਵੀ ਤੁਸੀਂ ਭਾਈ ਕੰਮ ਕਰੋ, ਅਤੇ ਉਹ ਵੀ ਚੁੱਪ ਚਾਪ ਨੇ। ਰਿਸ਼ਤੇਦਾਰੀ ਉੱਥੇ ਵੀ ਨਿਭਣੀ ਹੈ, ਮੁਲਾਜੇਦਾਰੀ ਉੱਥੇ ਵੀ ਨਿਭਣੀ ਹੈ। ਅਤੇ ਉਸ ਤੋਂ ਅੱਗੇ ਚੱਲੋ, ਅਜੀਤਿੰਦਰ ਸਿੰਘ ਮੋਫਰ ਨੇ ਜਿਹੜੇ, ਇਹਨਾਂ ਦਾ ਬੇਟਾ ਬਿਕਰਮ ਸਿੰਘ ਮੋਫਰ ਮੇਰਾ ਖਿਆਲ ਆ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਨੇ ਉੱਥੇ ਤੋਂ, ਉਹ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਸਕੇ ਜੀਜਾ ਜੀ ਨੇ। ਅਤੇ ਹੁਣ ਉਹ ਕੀ ਕਰਨਗੇ? ਰਿਸ਼ਤੇਦਾਰੀ ਉੱਥੇ ਵੀ ਨਿਭਣੀ ਹੈ ਅਤੇ ਰਿਸ਼ਤੇਦਾਰੀ ਇੱਕ ਹੋਰ ਵੀ ਨਿਭਣੀ ਹੈ, ਭਾਵੇਂ ਕਿ ਸਰਦਾਰ ਗੁਰਕੀਰਤ ਸਿੰਘ ਕੋਟਲੀ ਨੇ ਨਾ ਜਿਹੜੇ, ਉਹ ਕਾਂਗਰਸ ਦੇ ਵਿੱਚ ਨੇ, ਉਹਨਾਂ ਵਾਸਤੇ ਵੀ ਧਰਮ ਸੰਕਟ ਹੈ। ਇੱਕ ਪਾਸੇ ਸਕੇ ਚਾਚੇ ਦਾ ਪੁੱਤ ਖੜ੍ਹਾ ਅਤੇ ਦੂਜੇ ਪਾਸੇ ਪਾਰਟੀ ਪ੍ਰਧਾਨ ਖੜ੍ਹਾ। ਹੁਣ ਜਾਂ ਤਾਂ ਗੁਰਕੀਰਤ ਸਿੰਘ ਕੋਟਲੀ ਕਹਿਣਗੇ ਵੀ ਭਾਈ ਆਪਾਂ ਲੁਧਿਆਣੇ ਜਾਂਦੇ ਹੋ ਨਹੀਂ, ਤੁਸੀਂ ਆਪਸ 'ਚ ਭੜਕ ਲਓ, ਅਤੇ ਜਾਂ ਫਿਰ ਇੱਕ ਪਾਸੇ ਜਿੱਧਰ ਜਾਣਗੇ ਫਿਰ ਕਦੇ ਭਾਂਡਿਆਂ ਵਾਲੀ ਰਸੂਗੀ ਜਾਂ ਟਾਂਡਿਆਂ ਵਾਲੀ ਰਸੂਗੀ, ਵਸਣਾ ਤਾਂ ਇੱਕ ਨਹੀਂ ਹੈ। ਬਿਲਕੁਲ, ਵਸਣਾ ਤਾਂ ਇੱਕ ਨਹੀਂ ਹੈ। ਰਿਸ਼ਤੇਦਾਰੀਆਂ ਕਿਤੇ ਰਾਜੇ ਵੜਿੰਗ ਨੂੰ ਲੈ ਨਾ ਬੈਠਣ, ਇਹ ਵੀ ਬੜਾ ਡਰ ਬਣਿਆ ਹੋਇਆ। ਬਿਲਕੁਲ,
ਜੇ ਪਟਿਆਲਾ ਸੌਰੀ ਬਠਿੰਡਾ ਅਤੇ ਲੁਧਿਆਣਾ ਆਪਸ ਦੇ ਵਿੱਚ ਮੇਲ 'ਚ ਆ ਗਏ ਨਾ ਤਾਂ ਰਾਜਾ ਬੜਿੰਗ ਦਾ ਨੁਕਸਾਨ ਹੋਊਗਾ। ਪਰ ਅੱਜ ਇੱਕ ਰਾਜਾ ਬੜਿੰਗ ਵਾਸਤੇ ਥੋੜ੍ਹੀ ਜਿਹੀ ਸੁਖਦ ਖਬਰ ਹੈ, ਭਾਵੇਂ ਕਿ ਇਹ ਹੈ ਦੁਖਦ ਬਹੁਤ ਜ਼ਿਆਦਾ। ਅੱਜ ਸਾਡੇ ਜਿੱਥੇ ਆਪਾਂ ਕਰਨ ਬੈਠੇ ਹਾਂ ਨਾ, ਇੱਥੋਂ ਜੇ 30 ਕਿਲੋਮੀਟਰ ਚਲੇ ਜਾਈਏ, ਪਿੰਡ ਪੈਂਦਾ ਸਿਹਰਾ ਸੇਰੀ, ਉੱਥੇ ਪਰਨੀਤ ਕੌਰ ਹੋਰਾਂ ਦਾ ਵਿਰੋਧ ਕਰ ਰਹੇ ਸੀ ਕਿਸਾਨ, ਧੱਕਾ ਮੁੱਕੀ ਦੇ ਵਿੱਚ ਕਹਿ ਰਹੇ ਨੇ ਜਾਂ ਵਿਰੋਧ ਕਰਦਿਆਂ ਦਾ ਕਹਿ ਲਓ, ਉੱਥੇ ਇੱਕ ਕਿਸਾਨ ਦੀ ਮੌਤ ਹੋ ਗਈ। ਇਸ ਚੀਜ਼ ਨੇ BJP ਦੀਆਂ ਜੜ੍ਹਾਂ ਪੰਜਾਬ 'ਚੋਂ ਹਿਲਾ ਦੇਣੀਆਂ। ਇਸ ਚੀਜ਼ ਦਾ ਨੁਕਸਾਨ ਬਹੁਤ ਵੱਡਾ ਹੋਣਾ। ਇਹ ਕਿੰਨੇ ਕੁ ਸੰਵੇਦਨਸ਼ੀਲ ਲੋਕ ਨੇ, ਮੈਨੂੰ ਸਮਝ ਨਹੀਂ ਆਉਂਦੀ। ਇਸ ਚੀਜ਼ ਨਾਲ ਓਬਵੀਅਸਲੀ ਰਵਨੀਤ ਬਿੱਟੂ ਨੂੰ ਵੱਡਾ ਨੁਕਸਾਨ ਹੋ ਸਕਦਾ, ਰਵਨੀਤ ਬਿੱਟੂ ਦਾ ਵੀ ਨੁਕਸਾਨ ਹੈ। ਇਹ ਬਹੁਤ ਵੱਡੇ ਸੰਵੇਦਨਸ਼ੀਲ ਲੋਕ ਨੇ, ਇਹਨਾਂ ਨੂੰ ਸੰਵੇਦਨਾ ਮਰ ਚੁੱਕੀ ਹੈ। ਜੇ ਤੁਹਾਡੇ ਰਾਜਪਾਲ ਦੇ ਉੱਤੇ, ਬੰਗਾਲ ਦੇ ਰਾਜਪਾਲ ਦੇ ਉੱਤੇ ਇੱਕ ਦੋਸ਼ ਲੱਗ ਰਿਹਾ ਕਿ ਉਸਨੇ ਇੱਕ ਕੰਟਰੈਕਟ ਕਰਦੀ ਕੁੜੀ, ਜਿਹੜੀ ਜੌਬ ਕਰਦੀ ਸੀ ਕੰਟਰੈਕਟ 'ਤੇ, ਉਹਦੇ ਨਾਲ ਮਾੜਾ ਬਿਹੇਵ ਕੀਤਾ, ਇਸ ਤੋਂ ਵੱਡਾ ਕੀ ਹੋ ਸਕਦਾ ਯਾਰ? ਰਾਜਪਾਲ ਬਣਨਾ ਉਸ ਸਮੇਂ ਬਣਾਇਆ ਜਾਂਦਾ ਜਿਸ ਸਮੇਂ ਉਹ ਲੋਕ ਆਪਣੀ ਉਮਰ ਦਾ ਉਹ ਪੜਾਅ ਪਾਰ ਕਰ ਜਾਂਦੇ ਨੇ ਜਿੱਥੇ ਰਸਕਸ ਮਰ ਜਾਂਦੇ ਨੇ। ਇਹ ਸਾਡੀ ਨੈਤਿਕਤਾ, ਇਹ ਯਾਰ ਪੰਜਾਬ ਦੇ ਲੋਕਾਂ ਦਾ ਜਾਂ ਭਾਰਤ ਦੇ ਲੋਕਾਂ ਦਾ, ਜਿੱਥੇ ਕੰਜਕਾਂ ਪੂਜੀਆਂ ਜਾਂਦੀਆਂ ਨੇ, ਇਹ ਇਹੋ ਜਿਹੀ ਘਟਨਾ ਬਹੁਤ ਨਹੀਂ, ਉਹ ਇਹਦਾ ਵਿਰੋਧ ਹੋਣਾ ਚਾਹੀਦਾ ਅਤੇ ਹੋ ਵੀ ਰਿਹਾ। ਜਿਵੇਂ ਕਮਲਜੀਤ ਬਰਾੜ ਬਹੁਤ ਆਪਣਾ ਪ੍ਰਚਾਰ ਸਿਖਰ ਦਾ ਕਰ ਰਹੇ, ਲੋਕ ਕਹਿੰਦੇ ਵੀ ਰਾਜਾ ਅਤੇ ਬਿੱਟੂ ਲੜਦੇ ਹੀ ਰਹਿ ਜਾਣਗੇ, ਕੁਰਸੀ ਬਰਾੜ ਲੈ ਜੂ। ਦੇਖੋ ਇਹ ਹੋ ਸਕਦਾ, ਕਿਉਂਕਿ ਪੋਲੀਟਿਕਸ ਇੱਕ ਇੱਦਾਂ ਦੀ ਚੀਜ਼ ਹੈ, ਸੰਭਾਵਨਾਵਾਂ ਦੀ ਖੇਡ ਹੈ। ਕਮਲਜੀਤ ਸਿੰਘ ਬਰਾੜ ਦੀ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬਹੁਤ ਇੰਟੈਲੀਜੈਂਟ ਮੁੰਡਾ, ਪੰਥਕ ਸਫਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਵਿਚਰਦਾ ਅਤੇ ਉਸ ਨੂੰ ਕੰਮ ਕਰਨਾ ਆਉਂਦਾ, ਚੋਣ ਲੜਨੀ ਆਉਂਦੀ ਹੈ। ਅਤੇ ਕਮਲਜੀਤ ਬਰਾੜ ਵਾਕਿਆ ਹੀ ਲੁਧਿਆਣੇ ਦੇ ਵਿੱਚ ਤਾਂ ਇੱਕ ਅੱਛੀ ਪਰਫੋਰਮੈਂਸ ਦੇਗਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਬਹੁਤ ਬਹੁਤ ਸ਼ੁਕਰੀਆ ਬਾਈ, ਤੁਸੀਂ ਗੱਲਬਾਤ ਕੀਤੀ। ਧੰਨਵਾਦ ਕਰਨ ਜੀ, ਤੁਹਾਡਾ ਵੀ ਬਹੁਤ ਬਹੁਤ। ਵੋਟ ਪਾਉਣ ਤੋਂ ਪਹਿਲਾਂ ਇਕੱਲੇ ਪਹਿਲੂ ਨੂੰ ਜਾਣੋ ਪਛਾਣੋ, ਫਿਰ ਹੀ ਆਪਣੇ ਉਮੀਦਵਾਰ ਨੂੰ ਤੁਸੀਂ ਚੁਣੋ, ਕਿਉਂਕਿ 5 ਸਾਲ ਬਾਅਦ ਹੀ ਸਾਨੂੰ ਮੌਕਾ ਮਿਲਿਆ। 5 ਸਾਲ ਅਗਲੇ ਕਿਹਦੇ ਹਵਾਲੇ ਆਪਣਾ ਭਵਿੱਖ ਕਰਨਾ ਹੈ, ਸਾਡੇ 'ਤੇ ਵੱਡੀ ਜ਼ਿੰਮੇਵਾਰੀ। ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ, ਕਰਨ ਸ਼ਰਮਾ, ਮਿੱਟੀ ਦੇ ਲਈ।